ਅਸੀਂ ਪੰਜਾਬ ਦੇ ਲੋਕਾਂ ਨਾਲ ਜੁੜੇ ਹੋਏ ਮੁੱਦੇ ਮੁਲਾਜ਼ਮਾਂ ਨਾਲ ਸੰਬੰਧਿਤ ਮੁੱਦੇ ਚੁੱਕਣੇ ਸੀ ਇਸ ਕਰਕੇ ਸਾਨੂੰ ਰੋਕਿਆ ਜਾ ਰਿਹਾ ਖਾਨਾ ਪੂਰਤੀ ਕਰੋ ਬਿੱਲ ਲਿਆਓ ਬਿੱਲ ਲਿਆ ਕੇ ਪਾਸ ਕਰਾ ਕੇ ਚਲੋ ਜੀ ਕਰੋਨਾ ਦਾ ਬਹਾਨਾ ਲਾ ਕੇ ਸਰਕਾਰ ਸਵਾਲਾਂ ਤੋਂ ਭੱਜ ਰਹੀ ਹੈ ਵਿਰੋਧੀ ਧਿਰ ਦੇ ਜਿਹੜੇ ਹੱਕ ਨੇ ਉਹਨਾਂ ਤੇ ਡਾਕਾ ਮਾਰਿਆ ਜਾ ਰਿਹਾ ਇਹ ਤਾਂ ਕਿਤੇ ਵੀ ਜਾਣਾ ਪਸੰਦ ਹੀ ਨਹੀਂ ਕਰਦੇ ਮੁੱਖ ਮੰਤਰੀ ਬਣਨ ਦਾ ਚਾਹ ਸੀ ਬਸ ਵਿਧਾਨਸਭਾ ਦੇ ਬਾਹਰ ਮੌਨਸੂਨ ਇਜਲਾਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੇ ਵੱਲੋਂ ਕੀਤਾ ਗਿਆ ਭਾਰੀ ਰੋਸ ਪ੍ਰਦਰਸ਼ਨ ਦਰਅਸਲ ਹਰਪਾਲ ਚੀਮਾ ਸਣੇ ਹੋਰ 3 ਵਿਧਾਇਕਾਂ ਨੂੰ ਸਦਨ ਦੇ ਵਿੱਚ ਸ਼ਾਮਲ ਨਹੀਂ ਹੋਣ ਦਿੱਤਾ ਜਦਕਿ ਉਹਨਾਂ ਦੇ ਕੋਲ ਕਰੋਨਾ ਨੈਗੇਟਿਵ ਰਿਪੋਰਟਾਂ ਵੀ ਸਨ ਹਾਲਾਂਕਿ ਕੁਝ ਵਿਧਾਇਕਾਂ ਨੇ ਪੀਪੀਟੀ ਕਿੱਟਾਂ ਪਹਿਨੀਆਂ ਹੋਈਆਂ ਸੀ ਬਾਵਜੂਦ ਇਸ ਦੇ ਉਹਨਾਂ ਨੂੰ ਅੰਦਰ ਨਹੀਂ ਆਉਣ ਦਿੱਤਾ ਗਿਆ ਦੂਜੇ ਪਾਸੇ ਯੂਥ ਅਕਾਲੀ ਦਲ ਦੇ ਵੱਲੋਂ ਸਾਧੂ ਸਿੰਘ ਧਰਮਸੋ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ ਦੱਸ ਦਈਏ ਕਿ ਇੱਕ ਦਿਨ ਦਾ ਮੌਨਸੂਨ ਇਜਲਾਸ ਸੱਦਿਆ ਗਿਆ ਸੀ ਜੋ ਕੁਝ ਹੀ ਘੰਟਿਆਂ ਦੇ ਵਿੱਚ ਸਮਾਪਤ ਹੋ ਗਿਆ ਉੱਥੇ ਹੀ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਦੇ ਵੱਲੋਂ ਕੈਪਟਨ ਸਰਕਾਰ ਖਿਲਾਫ ਤਿੱਖੀ ਬਿਆਨਬਾਜ਼ੀ ਕੀਤੀ ਗਈ ਉਹਨਾਂ ਕਿਹਾ ਕਿ ਜੇਕਰ ਇਹ ਕੁਝ ਹੀ ਘੰਟਿਆਂ ਦੇ ਵਿੱਚ ਸਮਾਪਤ ਹੋਣਾ ਸੀ ਤਾਂ ਸੀਸਮਾ ਬੈਠੇ ਹੀ ਮੌਨਸੂਨ ਇਜਲਾਸ ਕਰ ਲੈਂਦੇ ਖਾਦਾ ਗਿਆ ਉਹ ਮੁੱਦਾ ਚੁੱਕਣਾ ਸੀ ਆਲਰੇਡੀ ਹਾਲਾਂਕਿ ਅਕਾਲੀ ਦਲ ਨੇ ਵੀ 1200 ਰੁਪਇਆ 1200 ਕਰੋੜ ਰੁਪਇਆ ਉਹਨਾਂ ਦਾ ਵਜੀਫੇ ਦਾ ਪੋਸਟਮਾਰਟਮ ਤੇ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਦਾ ਰੋਕਿਆ ਸੀ ਮੈਂ ਪਾਰਲੀਮੈਂਟ 'ਚ ਵੀ ਇਹ ਮੁੱਦਾ ਉਠਾਇਆ ਸੀ ਅਸੀਂ ਪੰਜਾਬ ਦੇ ਲੋਕਾਂ ਨਾਲ ਜੁੜੇ ਹੋਏ ਮੁੱਦੇ ਮੁਲਾਜ਼ਮਾਂ ਨਾਲ ਸੰਬੰਧਿਤ ਮੁੱਦੇ ਚੁੱਕਣੇ ਸੀ ਇਸ ਕਰਕੇ ਸਾਨੂੰ ਰੋਕਿਆ ਜਾ ਰਿਹਾ ਕਿ ਕਿਤੇ ਸਰਕਾਰ ਦਾ ਚਿਹਰਾ ਨੰਗਾ ਨਾ ਹੋ ਜੇ ਬਸ ਇਹ ਖਾਨਾ ਪੂਰਤੀ ਕਰੋ ਬਿੱਲ ਲਿਆਓ ਬਿੱਲ ਲਿਆ ਕੇ ਪਾਸ ਕਰਾ ਕੇ ਚਲੋ ਜੀ ਫਿਰ ਸਿਸਮਾਂ ਦੇ ਵਿੱਚ ਫਾਰਮ ਹਾਊਸ ਦੇ ਵਿੱਚ ਪਿਛਲੇ 3.5 ਸਾਲ ਤੋਂ ਕੁਆਰੰਟਾਈਨ ਹੋਏ ਬੈਠੇ ਸਾਡੇ ਮੁੱਖ ਮੰਤਰੀ ਸਾਹਿਬ ਜੇ ਤੁਸੀਂ ਕੁਝ ਘੰਟਿਆਂ ਦਾ ਹੀ ਕਰਨਾ ਸੀ ਤਾਂ ਤੁਸੀਂ ਸਿਸਮਾਂ ਬੈਠੀ ਕਰ ਲੈਂਦੇ ਹੁਣ ਤੱਕ ਕਿਹੜਾ ਬਾਹਰ ਨਿਕਲਦੇ ਹੋ ਵਰਚੁਅਲ ਕਰ ਲੈਂਦੇ ਈਵਨ ਤੁਹਾਨੂੰ ਰੋਕਿਆ ਗਿਆ ਤੁਸੀਂ ਇੱਥੇ ਕਿਉਂ ਖੜੇ ਹੋ ਮਤਲਬ ਕਰੋਨਾ ਪੱਤਰਕਾਰਾਂ ਨੂੰ ਜ਼ਿਆਦਾ ਹੁੰਦਾ ਤੇ ਇਹ ਬ੍ਰਹਮਿੰਦਰਾ ਜੀ ਨਾਲ ਮੀਟਿੰਗ ਹੋਈ ਹੈ ਸਪੀਕਰ ਸਾਹਿਬ ਦੀ ਉਹ ਬ੍ਰਹਮਿੰਦਰਾ ਜੀ ਪਹੁੰਚੇ ਵਾ ਕੇ ਫਿਰ ਸਪੀਕਰ ਸਾਹਿਬ ਉੱਥੇ ਕਿਉਂ ਬੈਠੇ ਨੇ ਸੋ ਕਿਤੇ ਨਾ ਕਿਤੇ ਪਿੱਕ ਐਂਡ ਚੂਜ਼ ਹੈ ਕਰੋਨਾ ਦਾ ਬਹਾਨਾ ਲਾ ਕੇ ਸਰਕਾਰ ਸਵਾਲਾਂ ਤੋਂ ਭੱਜ ਰਹੀ ਹੈ ਵਿਰੋਧੀ ਧਿਰ ਦੇ ਜਿਹੜੇ ਹੱਕ ਨੇ ਉਹਨਾਂ ਤੇ ਡਾਕਾ ਮਾਰਿਆ ਜਾ ਰਿਹਾ ਇਸੇ ਵਿਰੋਧ ਦੇ ਵਿੱਚ ਅੱਜ ਅਸੀਂ ਇੱਥੇ ਬੈਠੇ ਹਾਂ ਹੁਣ ਤੁਸੀਂ ਰਣਨੀਤੀ ਕੀ ਹੋਵੇਗੀ ਹੈ ਜੀ ਅਗਲੀ ਰਣਨੀਤੀ ਕੀ ਹੋਵੇਗੀ ਅਸੀਂ ਤਾਂ ਇੱਥੇ ਬੈਠਾਂਗੇ ਹੁਣ ਸਾਡੇ 5-7 6 ਵਿਧਾਇਕ ਜਿਹੜੇ ਅੰਦਰ ਗਏ ਨੇ ਉਹ ਉੱਥੇ ਅੰਦਰ ਜਾ ਕੇ ਲੋਕਾਂ ਦੇ ਹੱਕਾਂ ਦੀ ਗੱਲ ਕਰਨਗੇ ਅਸੀਂ ਬਾਹਰ ਚੌਥਾ ਸਤੰਭ ਜਿਹੜਾ ਚੌਥਾ ਖੰਭਾ ਲੋਕਤੰਤਰ ਦਾ ਤੁਹਾਡੇ ਕੈਮਰੇ ਜਰੀਏ ਅਸੀਂ ਇੱਥੇ ਆਵਾਜ਼ ਠਾਵਾਂਗੇ ਇਹ ਤਾਂ ਮਤਲਬ ਹੱਦ ਹੈ ਮੰਥ ਆਫ ਸੈਸ਼ਨ ਕਿੰਨੇ ਦਿਨਾਂ ਦਾ ਹੋਣਾ ਚਾਹੀਦਾ ਤੁਹਾਡੇ ਹਿਸਾਬ ਨਾਲ ਘੱਟੋ ਘੱਟ 20 ਤੋਂ 25 ਦਿਨ ਦਾ ਹੋਵੇ ਨਾ ਮਸਲੇ ਇੰਨੇ ਨੇ ਮੁੱਦੇ ਇੰਨੇ ਨੇ ਕਿ 20 ਤੋਂ 25 ਦਿਨਾਂ 'ਚ ਵੀ ਨਹੀਂ ਡਿਸਕਸ ਹੋਣੇ ਇਹ ਤਾਂ 20 ਤੋਂ 25 ਘੰਟਿਆਂ 'ਤੇ ਵੀ ਨਹੀਂ ਮੰਨ ਰਹੇ ਤਾਂ ਸਰਕਾਰ ਭਾਜਰੀ ਕੈਪਟਨ ਸਾਹਿਬ ਦੀ ਤਾਂ ਆਦਤ ਹੈ ਉਹ ਤਾਂ ਜਿਹੜੇ ਸੰਵਿਧਾਨਿਕ ਸੰਸਥਾਵਾਂ ਨੇ ਜਿੰਨੇ ਵੀ ਕੰਸਟੀਟਿਊਸ਼ਨਲ ਇੰਸਟੀਟਿਊਸ਼ਨ ਨੇ ਉਹਨਾਂ 'ਚ ਵਿਸ਼ਵਾਸ ਹੀ ਨਹੀਂ ਰੱਖਦੇ ਜਦੋਂ ਕੈਪਟਨ ਸਾਹਿਬ 2014 ਦੇ ਵਿੱਚ ਅੰਮ੍ਰਿਤਸਰ ਸਾਹਿਬ ਜਿਹੜੀ ਹੈ ਉਹ ਹਰ ਸੈਸ਼ਨ ਦੀ ਹਾਜ਼ਰੀ ਰਿਪੋਰਟ ਆਉਂਦੀ ਹੈ ਅੱਜ ਵੀ ਆਉਂਦੀ ਹੈ ਕੈਪਟਨ ਸਾਹਿਬ ਦੀ ਅਟੈਂਡੈਂਸ ਵਰਸਟ ਇਨ ਦਾ ਕੰਟਰੀ ਸਾਰੇ ਮੁਲਕ 'ਚ ਸਭ ਤੋਂ ਮਾੜੀ ਹਾਜ਼ਰੀ ਇਹਨਾਂ ਦੀ ਸੀ 6% ਇਹ ਤਾਂ ਕਿਤੇ ਵੀ ਜਾਣਾ ਪਸੰਦ ਹੀ ਨਹੀਂ ਕਰਦੇ ਮੁੱਖ ਮੰਤਰੀ ਬਣਨ ਦਾ ਚਾਹ ਸੀ ਬਸ ਤੇ ਜੇ ਇਦਾਂ ਹੀ ਹੈ ਕਿ ਵਿਧਾਨ ਸਭਾ ਤੁਸੀਂ ਚੱਲਣੀ ਨਹੀਂ ਦੇਣੀ ਕੁਝ ਘੰਟੇ ਚਲਾਉਣੀ ਹੈ ਤਾਂ ਫਿਰ ਜਿਹੜਾ ਜਿੱਥੇ ਰਹਿੰਦੇ ਨੇ ਮਹਿਲ ਜਿਹੜਾ ਪਾਇਆ ਨਵਾਂ ਕਿਲਾ ਜਿਹੜਾ ਸਿਸਮਾ ਦੇ ਵਿੱਚ ਉਹ ਤਾਂ ਮੁੱਖ ਮੰਤਰੀ ਬਣਨ ਤੋਂ ਬਾਅਦ ਹੀ ਬਣਾਇਆ ਉਹਦੇ 'ਚ ਇੱਕ ਵਿਧਾਨ ਸਭਾ ਵੀ ਬਣਾ ਲੈਂਦੇ ਅਸੀਂ ਆ ਜਾਂਦੇ ਉੱਥੇ ਜੇ ਅਸੀਂ ਜਾਂਦੇ ਇਹਨਾਂ ਨੂੰ ਲੱਭਣ ਤਾਂ ਸਾਨੂੰ ਚੱਕ ਕੇ ਥਾਣੇ ਲੈ ਜਾਂਦੇ ਨੇ ਸੋ ਕਿਰਪਾ ਕਰਕੇ ਕੈਪਟਨ ਸਾਹਿਬ ਲੋਕਾਂ ਦਾ ਜਵਾਬ ਦਿਓ ਔਰ ਕੈਪਟਨ ਸਾਹਿਬ ਨੇ ਇੱਕ ਐਸਾ ਬਿਆਨ ਦਿੱਤਾ ਜੋ ਕਿ ਸ਼ਰਮਨਾਕ ਹੈ ਲੋਕਾਂ ਦੇ ਵਿੱਚ ਪੈਨਿਕ ਕ੍ਰੀਏਟ ਹੋ ਗਿਆ ਸਹਿਮ ਕੇ ਲੋਕ ਡਰ ਗਏ ਕੈਪਟਨ ਸਾਹਿਬ ਯਮਰਾਜ ਵਾਂਗੂ ਲਿਸਟ ਲੈ ਕੇ ਬਹਿ ਗਏ ਕਿ 5 ਸਤੰਬਰ ਤੱਕ 1148 ਬੰਦੇ ਮਰ ਜਾਣਗੇ 15 ਸਤੰਬਰ ਤੱਕ ਇਹ 1900 ਹੋ ਜਾਣਗੇ ਇਹ ਵੀ ਪਤਾ ਨਹੀਂ ਹਿਸਾਬ ਲਾਈ ਬੈਠੇ ਨੇ ਲਾਸ਼ਾਂ ਦਾ ਤੇ ਲੋਕ ਜਿਹੜੇ ਨੇ ਉਹ ਪਿੰਡਾਂ ਦੇ ਵਿੱਚ ਡਰ ਗਏ ਲੋਕ ਸੈਂਪਲ ਕਰਾਉਣ ਤੋਂ ਡਰ ਰਹੇ ਨੇ ਇਸ ਵਕਤ ਐਂਬੂਲੈਂਸਾਂ 'ਚ ਲੋਕ ਬਹਿਣੋਂ ਮਨਾ ਕਰ ਰਹੇ ਨੇ ਕਿਉਂ ਕਿਉਂਕਿ ਜਦੋਂ ਸਟੇਟ ਦੇ ਹੈੱਡ ਨਹੀਂ ਡਰਾਤੇ ਮੁੱਖ ਮੰਤਰੀ ਦਾ ਫਰਜ਼ ਹੁੰਦਾ ਹੈ ਕਿ ਉਹ ਸਟੇਟ ਦੇ ਲੋਕਾਂ ਨੂੰ ਭਰੋਸਾ ਪੈਦਾ ਕਰੇ ਦਿੱਲੀ ਦੇ ਮੁੱਖ ਮੰਤਰੀ ਨੇ ਕਰੋਨਾ ਦਾ ਡਰ ਚੱਕਤਾ ਲੋਕਾਂ ਦੇ ਦਿਲ 'ਚੋਂ ਇਹ ਹਰ ਰੋਜ਼ ਮੀਟਿੰਗ ਕਰਕੇ ਕਿ ਸਾਡੇ ਕੋਲ ਇੰਨੇ ਵੈਂਟੀਲੇਟਰ ਪਏ ਨੇ ਸਾਡੇ ਕੋਲ ਇੰਨੇ ਜਿਹੜੇ ਨੇ ਬੈੱਡ ਹਜੇ ਰੈਡੀ ਪਏ ਨੇ ਜੇ ਕਿਤੇ ਕੁਝ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਤੇ ਤੁਸੀਂ ਹੋਮ ਕੁਆਰੰਟਾਈਨ ਹੋ ਠੀਕ ਹੈ ਜੀ ਪਲਾਜ਼ਮਾ ਬੈਂਕ ਸ਼ੁਰੂ ਕਰ ਲਿਆ ਤੇ ਦਿੱਲੀ ਦੇ ਮੁੱਖ ਮੰਤਰੀ ਨੇ ਹਰ ਰੋਜ਼ ਪਲਾਨ ਦਿੱਤਾ ਹੈ ਕਿ ਕਿਵੇਂ ਇਹਦੇ ਨਾਲ ਲੜਾਂਗੇ ਕਿੰਨੇ ਪਰਸੈਂਟ ਰਿਕਵਰੀ ਰੇਟ ਹੋ ਗਿਆ 90% ਤੋਂ ਉੱਪਰ ਤੇ ਇੱਥੇ ਲਾਸ਼ਾਂ ਗਣਾ ਰਹੇ ਨੇ ਸਾਨੂੰ ਕਿ ਇੰਨੀਆਂ ਲਾਸ਼ਾਂ ਇੰਨੀ ਦੇਰ ਤੱਕ ਹੋ ਜਾਣਗੀਆਂ ਤੋ ਇਸ ਕਰਕੇ ਲੋਕ ਜਿਹੜੇ ਨੇ ਉਹ ਡਰੇ ਹੋਏ ਨੇ ਸੋ ਕੈਪਟਨ ਸਾਹਿਬ ਤੋਂ ਅਸੀਂ ਇਹ ਸਵਾਲ ਪੁੱਛ ਰਹੇ ਸੀ ਕਿ ਤੁਹਾਨੂੰ ਕਿਵੇਂ ਪਤਾ ਇੰਨੇ ਮਰ ਜਾਣਗੇ ਤੁਹਾਡਾ ਫਰਜ਼ ਬਣਦਾ ਤੁਸੀਂ ਇਹ ਕਹੋ
कि इन्नी तरीक तक साडे कोल इन्ने वेंटिलेटर आ जाणगे, इन्नी तरीक तक जे कोरोना का धमाका वड्डा हुंदा है ता साडे कोल इन्ने बैड तैयार ने, ना ओह नहीं दसना, सिर्फ लोकां नूं मौतां गड़ा रहे ने। मान साहब अकाली दल दे शामिल नहीं हो रहे अज विधानसभा दे विच, कहिंदे नजर आ रहे ने कि सोशल डिस्टेंसिंग जो ये गवर्नर हाउस का घराव करते रहे उदो सोशल डिस्टेंसिंग से धज्जियां उड़ा रहे थे, अभी कहते अभी रूल के मुताबिक सानू स्पीकर साहब ने कहा अभी आ नहीं सकते, हालांकि तुहाडे विधायक जिहड़े हैगे ने नैगेटिव रिपोर्टां लैके पीपी किट्टा पा के फिर भी हाउस से जा रहे हैं। दूजा कांग्रेसी भी सदन के जवाब नहीं है साढ़े तीन साल किया की है। रही गल अकाली दल की हूं तक धरने दिते रहे हूं कदे जीरकपुर कदे किते कदे किते धरने तरन तरन के नहीं उदो कोई सोशल डिस्टेंसिंग नहीं हूं स्पीकर का कहना मान रहे हैं पहले साढ़े तीन साल किन्ने कहने मने इन्होंने ये तो बहाना मिल गया के हां जी सानू तां कहता जी किहड़े मूंह नाल जाणगे उत्थे। अज खेती ऑर्डिनेंस का जिहड़ा ऑल पार्टी मीटिंग दे विच असीं मता पास करवाया सी अज उह खेती ऑर्डिनेंस दे विरोध दा मता आ रहा है विधानसभा च, तां अकाली दल फिर की करूगा। कल चिट्ठी दित्ती उहने सुखबीर बादल ने कि इह तां बहुत वधिया, कल फिर मतलब चमचागिरी दी वी हद हुंदी है, इक कुर्सी बचाउण वास्ते पंजाब दे लखां किसानां दा उहनां दे जवाकां दा उहनां दीआं आउण वालीआं पीढ़ियां दा गल घोट रिहा सुखबीर बादल, उह किसे पक्खों भी उहनूं नैतिक तौर ते भी हक है नहीं। 14 तरीक तों लोक सभा शुरू होगी उत्थे सुखबीर बादल बैठा होगा, 14 तरीक तों उत्थे सवाल पुछे जाणगे, हरसिमरत कौर तों सवाल पुछे जाणगे कि किसानां तों जदों भी तुसीं वोटां मंगीआं लखां दी गिणती च किसानां दा नेता कहा कि प्रकाश सिंह बादल ने वोटां लईआं किसानां तों, जदों किसानां दे हक च 2 वोटां पाउण दी वारी आई तां तुहाडे तों 2 वोटां भी नहीं पईआं, उह 2 वोटां भी किसानां दे विरुद्ध भुगतीआं ने। सो लोकां नूं इह गल पता है, पिंडां च जा के देखण, पिंडां च जा के देखण, ठीक है अज सानूं रोक लैणगे, अज इत्थे सवालां दा जिहड़ा सामना करन तों टाला वट जाणगे, पर जाना तां लोकां च ही पऊ ना, भजदिआं नूं बाण तां इक्को जिही ने ना, जाना तां लोकां च ही पऊ ना, साल बाद जाऊंगे तां इहनां दे आपदे मंत्री कह रहे ने प्रताप बाजवा शमशेर दुल्लो नवजोत सिद्धू कि भाई किहड़े मूंह नाल असीं लोकां च जावांगे, कोई इहो जिहा कम कर दिओ जिहना लोकां च असीं जाण जोगे हो जाईए। सो कांग्रेस ते अकाली दल ਇਹ ਮਿਲਿਆ ਹੋਇਆ ਇੱਕ ਨੈਕਸਸ ਹੈ, ਇਹ ਬਾਰੀਆਂ ਬੰਨਦੇ ਰਹੇ ਨੇ, ਹੁਣ ਇਹਨਾਂ ਦੀਆਂ ਬਾਰੀਆਂ ਦੋਨਾਂ ਦੀਆਂ ਟੁੱਟ ਰਹੀਆਂ ਨੇ, ਇਸ ਕਰਕੇ ਇਹ ਜਿਹੜੇ ਇਸ ਤਰ੍ਹਾਂ ਦੇ ਡਰਾਮੇ ਕਰਦੇ ਨੇ। ਤੇ ਆਮ ਕੈਪਟਨ ਸਾਹਿਬ ਕਹਿ ਰਹੇ ਨੇ ਆਮ ਆਦਮੀ ਪਾਰਟੀ ਜ਼ਿੰਮੇਵਾਰ ਹੈ ਮਤਲਬ ਕਰੋਨਾ ਫੈਲਾਉਣ 'ਚ, ਕਦੇ ਕੇਜਰੀਵਾਲ ਦਾ ਨਾਂ ਲੈ ਦਿੰਦੇ ਆ, ਕੇਜਰੀਵਾਲ ਦੇ ਪੈਰਾਂ ਵਰਗੇ ਵੀ ਨਹੀਂ ਹੈਗੇ, ਕੇਜਰੀਵਾਲ ਨੇ ਉੱਥੇ ਜਿੰਨੇ ਕੰਮ ਕੀਤੇ ਨੇ ਜਾਂ ਕਰੋਨਾ ਦੇ ਵਿੱਚ, ਅੱਜ ਅਮਰੀਕਾ ਜਿਹੜਾ ਪਲਾਜ਼ਮਾ ਦੀ ਜਿਹੜੀ ਥੈਰੇਪੀ ਆ ਉਹਨੂੰ ਅਪਰੂਵਲ ਦੇ ਰਿਹਾ, ਠੀਕ ਹੈ ਜੀ, ਸਾਰਾ ਮੁਲਕ ਦਿੱਲੀ ਦੇ ਮਾਡਲ ਨੂੰ ਲਾਗੂ ਕਰ ਰਿਹਾ, ਤੇ ਕਦੇ ਬਾਹਰ ਨਿਕਲੇ ਹੁਣ ਤਾਂ ਪਤਾ ਲੱਗੇ। ਸੋ ਇਸ ਕਰਕੇ ਕੈਪਟਨ ਸਾਹਿਬ ਪੂਰੀ ਬੁਰੀ ਤਰ੍ਹਾਂ ਫਲੌਪ ਤੇ ਲੋਕਾਂ ਦੇ ਲੁਟੇਰੇ ਸਾਬਤ ਹੋਏ ਨੇ, ਉਹ ਦੇਖ ਲਓ ਇਹਨਾਂ ਦਾ ਮੰਤਰੀ ਨਾਂ ਸਾਧੂ ਹੈ, ਕੰਮ ਲੁਟੇਰਿਆਂ ਵਾਲਾ ਨਾਮ ਸਾਧੂ ਹੈ, ਠੀਕ ਹੈ ਨਾ। ਸੋ ਇਹਨਾਂ ਦੇ MLA ਦੇ ਨਾਮ ਆ ਰਹੇ ਨੇ ਮਾਫੀਆ ਦੇ ਵਿੱਚ, ਦੇ ਸਿੱਟਾਂ ਰਹਿਣ ਵਾਲੀਆਂ ਸਿੱਟਾਂ ਬਿਠਾ ਦਿੰਦੇ ਨੇ ਹਰ ਗੱਲ ਤੇ, ਸਿੱਟ ਸਿੱਟ ਸਿੱਟ, ਪਰ ਸਿੱਟਾ ਕੋਈ ਨਹੀਂ ਨਿਕਲਦਾ। ਮਾਨ ਸਾਹਿਬ ਸਾਧੂ ਸਿੰਘ ਧਰਮਸੋਤ ਦੇ ਉੱਪਰ ਤੁਹਾਡੇ ਵਿਧਾਇਕਾਂ ਵੱਲੋਂ ਵੀ ਵਿਧਾਨ ਸਭਾ 'ਚ ਸਵਾਲ ਉਠਾਏ ਗਏ ਸੀ, ਉਹ ਕਹਿੰਦੇ ਕਿ ਮੈਂ ਹਰ ਇੱਕ ਜਾਂਚ ਲਈ ਤਿਆਰ ਹਾਂ, ਅਸਲ ਕੀ ਹੈ, ਕੀ ਘੁਟਾਲਾ ਕਿਵੇਂ ਹੋਇਆ, ਕੀ ਹੈਗਾ ਇਹ ਸਾਰਾ। ਦੇਖੋ ਇਹ ਪੋਸਟ ਮੈਟ੍ਰਿਕ ਤੇ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਜਿਹੜੀ ਇੱਕ ਸੈਂਟਰ ਵੱਲੋਂ ਆਉਂਦੀ ਹੈ ਦਲਿਤ ਬੱਚਿਆਂ ਦੀ, ਸਾਡੇ ਕੋਲ ਹਰ ਰੋਜ਼ ਬੱਚੇ ਆਉਂਦੇ ਨੇ, ਉਹ ਕਾਲਜਾਂ ਨੂੰ ਜਾਂਦੀ ਹੈ ਉਹਨਾਂ ਦੇ ਬੱਚਿਆਂ ਦੇ ਨਾਮ ਤੇ, ਉਹ ਨਹੀਂ ਗਈ ਤਾਂ ਕਾਲਜਾਂ ਤੇ ਵਿਦਿਆਰਥੀਆਂ ਦੇ ਸਬੰਧ ਖਰਾਬ ਹੋ ਗਏ, ਉਹਨੂੰ DMC ਨਹੀਂ ਜਾਰੀ ਕਰਦੇ, ਉਹਨੂੰ ਹੋਰ ਸਰਟੀਫਿਕੇਟ ਨਹੀਂ ਦਿੰਦੇ, ਬਹੁਤ ਵਾਰੀ ਚਲੋ ਅਸੀਂ ਫੋਨ ਕਰਕੇ ਕਰਵਾ ਦਿੰਦੇ ਹਾਂ, ਪਰ ਇਹ ਮਸਲਾ ਐਡਾ ਵੱਡਾ ਹੈ, 1200 ਕਰੋੜ ਰੁਪਇਆ ਪਹਿਲਾਂ ਵੀ ਰੋਕਿਆ ਸੀ ਇਹਨਾਂ ਨੇ, ਜਾਂ ਜਿਹੜੇ ਹੁਣ ਕਹਿੰਦੇ ਨੇ ਮਜੀਠੀ ਹੋਣੀ, ਠੀਕ ਹੈ ਨਾ, ਕਿ ਅਸੀਂ ਆਹ ਨਹੀਂ ਕਰਨ ਦੇਣਾ, ਬੰਟੀ ਰਮਾਣੇ ਹੋਣੀ, ਠੀਕ ਹੈ ਨਾ, ਇਹ 1200 ਕਰੋੜ ਰੁਪਏ ਇਹਨਾਂ ਦੀ ਸਰਕਾਰ ਨੇ ਰੋਕਿਆ ਸੀ, ਆਹ ਹੁਣ ਇੱਥੇ ਘਪਲਾ ਹੋ ਗਿਆ। ਸੋ ਗਰੀਬਾਂ ਦੇ ਬੱਚਿਆਂ ਦਾ ਜਿਹੜਾ ਖੂਨ ਚੂਸਿਆ ਜਾ ਰਿਹਾ ਹੈ, ਕਰੋਨਾ ਦੀ ਆੜ ਦੇ ਵਿੱਚ ਅਣਐਲਾਨੀ ਅਨਡਿਕਲੇਅਰਡ ਐਮਰਜੈਂਸੀ ਲੱਗੀ ਹੋਈ ਹੈ ਪੰਜਾਬ 'ਚ, ਉਦੋਂ ਤਾਂ ਤੋਂ ਮੋਦੀ ਉਹ ਮਰਜ਼ੀ ਨਾਲ ਆਰਡੀਨੈਂਸ ਜਾਰੀ ਕਰੀ ਜਾਂਦੇ ਆ। ਸੋ ਇਹ ਆਰਡੀਨੈਂਸ ਤਾਂ ਉਦੋਂ ਜਾਰੀ ਹੁੰਦੇ ਹੁੰਦੇ ਨੇ ਜਦੋਂ ਮੁਲਕ ਦੇ ਵਿੱਚ ਐਮਰਜੈਂਸੀ ਹੋ ਗਈ। ਮਾਨ ਸਾਹਿਬ ਇੱਕ ਵੱਡਾ ਮਸਲਾ, 6:30 ਦੁਕਾਨਾਂ ਬੰਦ ਹੋ ਜਾਂਦੀਆਂ, ਲੋਕ ਬਹੁਤ ਪਰੇਸ਼ਾਨ ਨੇ, ਉਹ ਕਹਿੰਦੇ ਜਦੋਂ ਕੰਮ ਦਾ ਵੇਲਾ ਹੁੰਦਾ ਦੁਕਾਨਾਂ ਬੰਦ ਕਰ ਦਿੰਦੇ। ਮੈਨੂੰ ਇਹ ਸਮਝ ਨਹੀਂ ਆਉਂਦੀ ਸਲਾਹਕਾਰ, ਮੈਨੂੰ ਇਹ ਨਹੀਂ ਸਮਝ ਆਉਂਦੀ ਇਹਨਾਂ ਦੇ ਸਲਾਹਕਾਰ ਕੌਣ ਹੈ, ਕੀ ਜਿਹੜਾ ਕਰੋਨਾ ਹੈ ਉਹ ਸ਼ਨੀਵਾਰ ਤੇ ਐਤਵਾਰ ਨੂੰ ਆਉਂਦਾ, ਬਸ ਪੰਜਾਬ 'ਚ ਸ਼ਨੀਵਾਰ ਤੇ ਐਤਵਾਰ ਨੂੰ ਆਉਂਦਾ ਉਹ, ਬਸ ਕੀ ਕਰੋਨਾ ਸ਼ਾਮ ਨੂੰ 7 ਵਜੇ ਤੋਂ ਸਵੇਰੇ 5 ਵਜੇ ਤੱਕ ਹੀ ਆਉਂਦਾ, ਬਸ ਕੀ ਕਰੋਨਾ ਸਕੂਟਰ ਤੇ ਬੈਠੇ ਜਿਹੜਾ ਪਿੱਛੇ ਬੈਠਾ ਉਹਨੂੰ ਹੀ ਹੁੰਦਾ, ਕੀ ਜਿਹੜਾ ਕਰੋਨਾ ਹੈ ਉਹ ਮਤਲਬ ਬੱਸ ਦੇ ਵਿੱਚ ਜੇ ਸਵਾਰੀਆਂ ਬਹਿ ਜਾਣ ਤਾਂ ਉਹਨਾਂ ਨੂੰ ਹੋ ਜਾਂਦਾ ਤੇ ਕਾਰ 'ਚ ਹੁੰਦਾ ਨਹੀਂ, ਤੇ ਮਤਲਬ ਕੀ ਹਾਸੋਹੀਣੀਆਂ ਗੱਲਾਂ ਕਰ ਰਹੇ ਨੇ। ਆਹ ਨੈਗੇਟਿਵ ਰਿਪੋਰਟਾਂ ਲੈ ਕੇ ਸਾਡੇ MLA ਬੈਠੇ ਨੇ, ਇਹਨਾਂ ਨੂੰ ਕਹਿੰਦੇ ਤੁਸੀਂ ਅੰਦਰ ਨਹੀਂ ਜਾ ਸਕਦੇ, ਠੀਕ ਹੈ ਨਾ, ਮਰਜ਼ੀ ਨਾਲ ਵੀ ਵਿਧਾਨ ਸਭਾ ਦੇ ਜਿਹੜੇ ਸਪੀਕਰ ਵਿਧਾਨ ਸਭਾ ਦੇ ਜਿਹੜੇ ਨੇਤਾ ਨੇ
ਵਿਰੋਧੀ ਧਿਰ ਦੇ ਉਹਨਾਂ ਨੂੰ ਰੋਕ ਲਓ, ਉਪ ਨੇਤਾ ਨੂੰ ਰੋਕ ਲਓ, ਤੇ ਬਾਕੀ ਆਪਾਂ ਉੱਥੇ ਦੇਖ ਲਾਂਗੇ। ਬਸ ਆਨਾਕਾਨੀ ਕਰਕੇ, ਖਾਨਾ ਪੂਰਤੀ ਕਰਕੇ ਬਿੱਲ ਪਾਸ ਕਰੋ, ਇਹ ਲੋਕਤੰਤਰ ਦਾ ਘਾਣ ਹੈ। ਵਿਰੋਧੀ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਮੰਗ ਕਰਦਾ ਕਿ ਅੱਜ ਹੀ ਡਿਕਲੇਅਰ ਕੀਤਾ ਜਾਵੇ ਕਿ 15 ਤੋਂ 20 ਦਿਨ ਦਾ ਸੈਸ਼ਨ, ਘੱਟੋ ਘੱਟ 20 ਦਿਨ ਦਾ ਸੈਸ਼ਨ ਜਿਹੜਾ ਉਹ ਬੁਲਾਇਆ ਜਾਵੇ, ਤੇ ਮੌਕਾ ਵੀ ਦਿੱਤਾ ਜਾਵੇ ਕਿ 19 ਤਰੀਕ ਤੱਕ ਤੁਸੀਂ ਰਿਪੋਰਟ ਕਰਾਓ, ਜੇ ਪੋਜ਼ਿਟਿਵ ਆਉਂਦੀ ਹੈ ਤਾਂ ਕੁਆਰੰਟਾਈਨ ਦਾ ਮੌਕਾ ਵੀ ਇੰਨਾ ਕੁ ਦੇ ਦਿਓ ਤਾਂ ਕਿ ਉਹ ਵਿਧਾਨ ਸਭਾ ਦੇ ਸੈਸ਼ਨ ਤੱਕ ਕੁਆਰੰਟਾਈਨ ਹੋ ਕੇ ਉਹ ਵਿਧਾਇਕ ਜਿਹੜਾ ਉਹ ਉੱਥੇ ਆਵੇ। ਦੇਖੋ ਅੱਜ ਕਾਂਗਰਸ ਦੇ ਵੀ 23-24 ਵਿਧਾਇਕ ਨਹੀਂ ਆ ਸਕੇ, ਉਹ ਵੀ ਤਾਂ ਲੋਕਾਂ ਦੇ ਚੁਣੇ ਹੋਏ ਨੇ, ਉਹਨਾਂ ਨੇ ਵੀ ਤਾਂ ਆਪਦੇ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਉਠਾਉਣੀਆਂ ਸੀ। ਸੋ ਗਿਣਤੀ ਪੱਖੋਂ ਵੀ ਤੇ ਮਿਆਦ ਪੱਖੋਂ ਵੀ ਇਹ ਸੈਸ਼ਨ ਜਿਹੜਾ ਇਹ ਇੱਕ ਲੰਗੜਾ ਸੈਸ਼ਨ ਹੈ, ਲੋਕਤੰਤਰ ਦੀ ਇਹ ਹੱਤਿਆ, ਲੋਕਤੰਤਰ ਦਾ ਘਾਣ ਜਿਹੜਾ ਕਾਂਗਰਸ ਕਰ ਰਹੀ ਹੈ ਅਕਾਲੀ ਦਲ ਨਾਲ ਮਿਲ ਕੇ।